ਪੰਜਾਬ ਦੇ ਵਿੱਚ ਜਿਸ ਤਰ੍ਹਾਂ ਗੈਂਗਸਟਰ ਧਮਕੀ ਦਿੰਦੇ ਆ, ਕਿਸੇ ਵਪਾਰੀਆਂ ਨੂੰ ਉੱਠਦੇ, ਕਿਸੇ ਫੈਕਟਰੀ ਵਾਲੇ ਨੂੰ ਫਿਰੌਤੀ ਮੰਗਦੇ ਆ, ਦਰਸ਼ਨ ਸਿੰਘ ਜੀ ਕੀ ਸਾਰਾ ਮੈਟਰ ਸੀ? ਮੈਂ ਦਰਸ਼ਨ ਸਿੰਘ ਲਾਡੀ, ਸੂਬਾ ਪ੍ਰਧਾਨ ਟੂ ਪਲਾਈ ਵਰਕਰ ਯੂਨੀਅਨ ਪੰਜਾਬ ਆ। ਕਾਫੀ 4-5 ਮਹੀਨਿਆਂ ਤੋਂ ਜਿਹੜਾ ਲਗਾਤਾਰ ਮੇਰੀ ਰੈਕੀ ਕੀਤੀ ਜਾ ਰਹੀ ਸੀਗੀ। ਇੱਕ ਗੱਡੀ ਵਾਲੇ ਨੇ ਮੇਰੇ ਘਰ ਤੱਕ ਵੀ ਆਏ ਨੇ ਅਤੇ ਮੇਰਾ ਪਿੱਛਾ ਵੀ ਕੀਤਾ ਗਿਆ। ਅੱਜ ਸਵੇਰੇ 8:25 'ਤੇ ਮੈਨੂੰ ਕੋਈ ਕਾਲ ਆਉਂਦੀ ਆ ਅਤੇ ਉਹਨਾਂ ਵੱਲੋਂ ਮੈਨੂੰ ਕਿਹਾ ਜਾਂਦਾ ਕਿ ਜ਼ਿਆਦਾ 20 ਲੱਖ ਰੁਪਈਆ ਦੇ ਦੇਣੀ, ਤੇਰੇ ਕੋਲ 2 ਦਿਨ ਦਾ ਟਾਈਮ ਆ, 2 ਦਿਨਾਂ ਤੋਂ ਬਾਅਦ ਤੇਰਾ ਅੰਜਾਮ ਬਹੁਤ ਮਾੜਾ ਹੋਊਗਾ। ਪਹਿਲਾਂ ਵੀ ਇੰਟਰਨੈਸ਼ਨਲ ਕਾਲਾਂ 'ਤੇ ਮੈਨੂੰ ਧਮਕੀਆਂ ਦੇ ਰਹੀਆਂ ਨੇ, ਪਰ ਮੈਂ ਇੰਨਾ ਬਿਜ਼ੀ ਥੋੜ੍ਹਾ ਸ਼ਡਿਊਲ ਹੋਣ ਕਰਕੇ ਇੰਨਾ ਧਿਆਨ ਨਹੀਂ ਦਿੱਤਾ। ਪਰ ਹੁਣ ਜਿਹੜਾ ਨਵਾਂ ਉਹਨਾਂ ਨੇ ਮੈਨੂੰ ਕਿਹਾ ਵੀ 2 ਦਿਨ ਦੇ ਵਿੱਚ ਜੇਕਰ ਪੈਸੇ ਤੁਸੀਂ ਨਹੀਂ ਦਿੰਦੇ ਤਾਂ ਤੁਹਾਨੂੰ ਜਿਹੜਾ ਹੈਗਾ ਤਾਂ ਇਸਦਾ ਅੰਜਾਮ ਆ ਬਹੁਤ ਮਾੜਾ ਭੁਗਤਣਾ ਪਊਗਾ। ਅਤੇ ਇੱਥੋਂ ਤੱਕ ਕਿਹਾ ਗਿਆ ਵੀ ਤੂੰ ਜਿਹੜਾ ਹੈਗਾ ਆਪਣਾ ਲੋਕਾਂ ਦੀ ਮੌਤ ਵਾਰੀ ਕਰਦਾ, ਸੰਘਰਸ਼ ਕਰਦਾ, ਇਸ ਨੂੰ ਛੱਡ ਕੇ ਤੂੰ ਆਪਣੇ ਘਰ ਬੈਠ ਜਾ। ਜੇਕਰ ਤੂੰ ਨਹੀਂ ਘਰ ਬੈਠੇਗਾ ਤਾਂ ਤੇਰਾ ਜਿਹੜਾ ਅੰਜਾਮ ਆ ਦੂਸਰੇ ਦੀ ਤਰ੍ਹਾਂ ਜਿਵੇਂ ਸਿੱਧੂ ਮੂਸੇਵਾਲੇ ਦਾ ਕਰਿਆ ਜਾਂ ਹੋਰ ਲੋਕਾਂ ਦਾ ਕਰਿਆ, ਜਿਵੇਂ ਸੰਦੀਪ ਨੰਗਲੰਬੀਆਂ ਦਾ ਹੋਇਆ ਜਾਂ ਹੋਰ ਹੋਇਆ, ਬਾਈ ਨਾਮ ਦੱਸ ਕੇ ਉਹਨਾਂ ਨੇ ਜਿਹੜਾ ਹੈਗਾ ਉੱਦਾਂ ਮੈਨੂੰ ਕਿਹਾ ਹੈਗਾ ਕਿ ਇੱਦਾਂ ਤੇਰਾ ਹੋਊਗਾ ਅੰਜਾਮ ਜੇਕਰ ਤੂੰ ਪਿੱਛੇ ਨਹੀਂ ਹਟਦਾ। ਤਾਂ ਤੁਸੀਂ ਸ਼ਿਕਾਇਤ ਇਹਦੀ ਕਿਹਨੂੰ ਕਿਹਨੂੰ ਕੀਤੀ? ਮੈਂ ਅੱਜ DGP ਸਾਹਿਬ, SSP ਸਾਹਿਬ ਪਟਿਆਲਾ ਅਤੇ DSP ਸਾਹਿਬ ਸਮਾਣਾ ਦਫ਼ਤਰ ਨੂੰ ਅੱਜ ਦੇ ਕੇ ਆਇਆ ਅਤੇ ਉਹਨਾਂ ਤੋਂ ਆਸ ਰੱਖੀ ਆ ਕਿ ਜਲਦ ਜਿਹੜਾ ਹੈਗੇ ਗੈਂਗਸਟਰ ਨੇ ਜਿਹੜੇ ਇਹ ਉਹਨਾਂ ਨੂੰ ਅੰਦਰ ਫੜ ਕੇ ਕੀਤਾ ਜਾਊਗਾ। ਇਸ ਵਿੱਚ ਕੁਛ ਉਹਨਾਂ ਨੇ ਜਿਹੜਾ ਨਾਮ ਲਿਆ ਹੈਗਾ ਕਿ ਇੰਟਰਨੈਸ਼ਨਲ ਲੈਵਲ 'ਤੇ ਕੋਈ ਗੈਂਗਸਟਰ ਹੈਗਾ ਵਿੱਕੀ ਕਰਕੇ, ਵਿੱਕੀ ਸਾਂਗਲ ਉਰਫ ਕਪਿਲ ਨੰਦੂ ਉਹਨੂੰ ਕਿਹਾ ਜਾਂਦਾ, ਅਤੇ ਉਹਦਾ ਨਾਮ ਲੈ ਕੇ ਜਿਹੜਾ ਇਹ ਬੰਦੇ ਜਿਹੜੇ ਹੈਗੇ ਨੇ ਫਿਰੌਤੀ ਮੰਗ ਰਹੇ ਨੇ। ਅਤੇ ਮੈਨੂੰ 24 ਘੰਟੇ ਦਾ ਉਹਨਾਂ 2 ਦਿਨ ਦਾ ਟਾਈਮ ਦਿੱਤਾ ਕਿ ਜੇਕਰ 2 ਦਿਨਾਂ ਦੇ ਵਿੱਚ ਤੁਸੀਂ ਇਹ ਸਾਡੇ ਕੋਲ 20 ਲੱਖ ਤੁਸੀਂ ਪੁਲਿਸ ਤੋਂ ਸੁਰੱਖਿਆ ਕਿਸ ਤਰ੍ਹਾਂ ਮੰਗਦੇ? ਦੇਖੋ, ਪੁਲਿਸ ਨੂੰ ਅਸੀਂ ਜਾਣਕਾਰੀ, ਮੈਂ ਪਹਿਲਾਂ ਬਰਬਲੀ ਤੌਰ 'ਤੇ ਕਈ ਵਾਰੀ ਪੁਲਿਸ ਨੂੰ ਇਹ ਦੱਸ ਚੁੱਕਿਆ। SSP ਸਾਹਿਬ ਪਟਿਆਲੇ ਸੀ ਪਿਛਲੀ ਵਾਰੀ, ਮੈਂ ਉਹਨਾਂ ਨੂੰ ਵੀ ਦੱਸ ਕੇ ਆਇਆ ਸੀਗਾ ਮੇਰੀ ਜਾਣ ਨੂੰ ਖਤਰਾ ਵੀ ਕੁਛ ਅਣਪਛਾਤੇ ਬੰਦੇ ਮੈਨੂੰ ਫੋਲੋ ਕਰ ਰਹੇ ਨੇ, ਅਤੇ ਪਰ ਪ੍ਰਸ਼ਾਸਨ ਨੇ ਕੋਈ ਕਿਸੇ ਤਰ੍ਹਾਂ ਦਾ ਧਿਆਨ ਨਹੀਂ ਦਿੱਤਾ ਹੈਗਾ। ਹੁਣ ਮੈਂ ਲਿਖਤੀ ਰੂਪ ਦੇ ਵਿੱਚ ਵੀ ਜਿਹੜਾ ਅੱਜ ਦੇ ਕੇ ਜਾ ਰਿਹਾ ਕਿ ਇਹ ਜਿਹੜੀ ਮੈਨੂੰ ਧਮਕੀ ਆਈ ਹੈ ਇਹਦੀ ਪੂਰੀ ਨਿਚੋੜ ਪੜਤੋਲ ਜਾਂਚ ਕੀਤੀ ਜਾਵੇ, ਅਤੇ ਜਿਹੜੇ ਗੈਂਗਸਟਰ ਨੇ ਇੱਦਾਂ ਦੇ ਸਾਨੂੰ ਧਮਕੀਆਂ ਦਿੰਦੇ ਨੇ ਜਾਂ ਹੋਰਨਾਂ ਲੋਕਾਂ ਤੋਂ ਪੈਸਾ ਫਰੋਤੇ ਦਾ ਕੰਮ ਕਰਦੇ ਨੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਅਤੇ ਇਹ ਜਿਹੜੀ ਫੋਨ ਕਾਲਿੰਗ ਦੀ ਜਿਹੜੀ ਹੈਗੀ ਹੈ ਮੈਨੂੰ ਲੱਗਦਾ ਹਰਿਆਣੇ ਦੇ ਵਿੱਚੋਂ ਆ ਰਹੀ ਆ, ਹਰਿਆਣੇ ਦਾ ਨੰਬਰ ਆ, ਅਤੇ ਉੱਥੇ ਚੋਣ ਜ਼ਾਬਤਾ ਹੋਣ ਦੇ ਬਾਵਜੂਦ ਵੀ ਇਹੋ ਜਿਹੀਆਂ ਚੀਜ਼ਾਂ ਬਾਹਰ ਆਉਣੀਆਂ, ਇਹ ਬੜੀ ਮੰਦਭਾਗੀ ਘਟਨਾ। ਜੇਕਰ ਅਸੀਂ ਲੋਕਾਂ ਦੀ ਆਵਾਜ਼ ਚੁੱਕਣ ਵਾਲੇ ਲੋਕ ਘਰਾਂ ਦੇ ਵਿੱਚ ਦੱਬ ਕੇ ਰਹਾਂਗੇ ਇਸ ਤਰ੍ਹਾਂ ਧਮਕੀ ਵੀ ਹੁਣ ਬਿਲਕੁਲ, ਅਸੀਂ 2 ਦਿਨ ਦਾ ਜੇਕਰ ਪ੍ਰਸ਼ਾਸਨ ਨੇ ਕੋਈ ਐਕਸ਼ਨ ਨਾ ਲਿਆ ਤਾਂ ਅਸੀਂ ਪੰਜਾਬ ਲੈਵਲ 'ਤੇ ਵੱਡਾ ਸੰਘਰਸ਼ ਇਸ ਗੱਲ 'ਤੇ ਕਰਾਂਗੇ ਕਿ ਜਿਹੜੇ ਲੋਕ ਪਸੰਦ ਲੋਕ ਨੇ ਲੋਕਾਂ ਦੀ ਆਵਾਜ਼ ਚੁੱਕਦੇ ਨੇ ਕਿ ਉਹਨਾਂ ਦੀ ਸੇਫਟੀ ਸਰਕਾਰ ਕਿੰਨੀ ਕੁ ਕਰ ਰਹੀ ਹੈ। ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਆ ਕਿ ਅਸੀਂ ਪੰਜਾਬ ਦੇ ਵਿੱਚ ਗੈਂਗਸਟਰ ਖਤਮ ਕਰਾਂਗੇ, ਗੈਂਗਸਟਰ ਬਣਾ ਖਤਮ ਕਰਨ ਲਈ ਇੱਕ ਅਸੀਂ ਵੱਖਰੇ ਤੌਰ 'ਤੇ ਫੋਰਸ ਬਣਾਈ ਆ, ਅੱਜ ਉਹ ਫੋਰਸ ਕਿੱਥੇ ਆ? ਮੈਂ ਪੁੱਛਣਾ ਚਾਹੁੰਦਾ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ, DGP ਸਾਹਿਬ ਨੂੰ, ਜਿਹੜੀ ਤੁਸੀਂ ਉਹ ਫੋਰਸਾਂ ਬਣਾਈਆਂ ਨੇ, ਤੁਹਾਡੀਆਂ ਫੋਰਸਾਂ ਘਰਾਂ ਦੇ ਵਿੱਚ ਕੀ ਹੋਰ ਅਫਸਰਾਂ ਦੀਆਂ ਘਰਾਂ ਦੀਆਂ ਸਿਕਿਉਰਟੀਆਂ ਵਾਸਤੇ ਰੱਖੀ ਹੋਈ ਆ?